328 ਰੂਪ ਜੇ ਸ਼੍ਰੋਮਣੀ ਕਮੇਟੀ ਤੇ ਕਾਬਜ ਨਰੈਣੂ ਮਹੰਤ ਇਹ ਕਹਿੰਦੇ ਨੇ ਉਹਨਾਂ ਦੇ ਵਾਰਿਸ ਬਣ ਕੇ ਕਿ ਇਹਨਾਂ ਦੇ ਬੰਦੇ ਪਰਿਵਾਰ ਨੌਕਰੀ ਕਰਦੇ ਨੇ ਜੀ ਇਹ ਵੀ ਸ਼੍ਰੋਮਣੀ ਕਮੇਟੀ ਚੋਂ ਗਿਆ ਜੀ ਆਹ ਉਹ ਜੀ ਜੀ ਇਹ ਵੀ ਤੇ ਸ਼੍ਰੋਮਣੀ ਕਮੇਟੀ ਨੇ ਕਿਹਾ ਸੀ ਅਕਾਲ ਤਖਤ ਦੀ ਸਖਤ ਰੇਤ ਦੇ ਹੁਕਮ ਨਾਲ ਕਿ 328 ਸਰੂਪਾਂ ਦੀ ਪੜਤਾਲ ਕੀਤੀ ਜਾਏ ਜੀ ਇਹ ਵੀ ਦੱਸ ਦੇਣ ਤੇ ਸ਼੍ਰੋਮਣੀ ਕਮੇਟੀ ਵੱਲੋਂ ਪੜਤਾਲ ਕਰਵਾਈ ਗਈ ਈਸ਼ਰ ਸਿੰਘ ਜੀ ਐਡਵੋਕੇਟ ਨੇ ਕੀਤੀ ਔਰ ਉਹਨਾਂ ਦੀ ਰਿਪੋਰਟ ਅਨੁਸਾਰ ਹੀ ਕਹਿ ਰਹੇ ਆ ਆਪਣੇ ਕੋਲੋਂ ਤਾਂ ਮੈਂ ਕੁਝ ਨਹੀਂ ਕਹਿ ਰਿਹਾ ਕਿ 328 ਸਰੂਪ ਚੋਰੀ ਹੋਏ ਗੁਰਦੁਆਰਾ ਰਾਮ ਸਰਸਬ ਤੋਂ ਬਾਦਲ ਕਿਆਂ ਦੇ ਪ੍ਰਬੰਧ ਵਿੱਚੋਂ 992886 ਅੰਗ ਆਂ ਅਧਿਕਾਰ ਤੇ ਛਾਪ ਦਿੱਤੇ ਜਾਂਦੇ ਨੇ 2,4536 ਅੰਗ ਲਾਪਤਾ ਕੀਤੇ ਜਾਂਦੇ ਐ 9,82,700 ਰੁਪਇਆ ਗੁਰੂ ਸਾਹਿਬ ਦੇ ਨਾਂ ਤੇ ਭੇਟਾ ਖਾ ਗਏ ਉਹ ਮਸੰਦ ਜਿਹੜੇ ਲੱਖਾਂ ਰੁਪਇਆ ਗੁਰੂ ਦੀ ਗੋਲਕਚੋਂ ਤਨਖਾਹਾਂ ਲੈਂਦੇ ਨੇ ਤੇ ਰਿਟਾਇਰਮੈਂਟ ਵੇਲੇ ਕਰੋੜਾਂ ਰੁਪਏ ਫੰਡ ਲੈ ਕੇ ਜਾਂਦੇ ਨੇ ਉਹ ਮਗਰ ਮੱਛਾ ਨੇ ਗੁਰੂ ਸਾਹਿਬ ਦੀ ਸਿਆਈ ਤੇ ਕਾगज ਖਾਦਾ ਜੀ ਪੇਸ਼ ਨਹੀਂ ਗਈ ਇਹ ਸ਼ਬਦ ਗੁਰੂ ਵੇਚ ਕੇ ਖਾ ਜਾਂਦੇ ਸੈਂਕੜੇ ਸਰੂਪ ਅੱਗ ਦੀ ਭੇਟ ਚੜ ਗਏ ਦਸੇ ਨੋਂ ਗਏ ਆ ਜੀ 10 ਲੱਖ ਫਰਮੇ ਠੇਕੇਦਾਰਾਂ ਦੇ ਕੋਲੇ ਜਾਂਦੇ ਨੇ ਇਹ ਰਿਪੋਰਟ ਸ਼੍ਰੋਮਣੀ ਕਮੇਟੀ ਨੇ ਕਾਲ ਤਖ ਦੀ ਸਕੱਤਰੇਤ ਦੇ ਹੁਕਮ ਨਾਲ ਦੈਸ਼ਰ ਸਿੰਘ ਐਡਵੋਕੇਟ ਦੇ ਰਾਈ ਇਹ ਪੜਤਾਲ ਕਰਵਾ ਕੇ ਸਾਹਮਣੇ ਆਈ ਹੈ ਮੈਂ ਪੜ੍ਹ ਕੇ ਸੁਣਾ ਰਿਹਾ ਜੀ ਉਹਦੇ ਬਾਬਤ ਵੀ ਸ਼ਰੋਮਣੀ ਕਮੇਟੀ ਨੇ ਕਦੇ ਕਿਹਾ ਸੀ ਅਸੀਂ ਦੋਸ਼ੀਆਂ ਤੇ ਕਾਰਵਾਈ ਕਰਾਂਗੇ ਜੀ ਫੌਜੀ ਫੌਜਦਾਰੀ ਮੁਕਦਮੇ ਦਰਜ ਕਰਾਂਗੇ ਜੀ ਤੇ ਫਿਰ ਕਿਉਂ ਨਹੀਂ ਕੀਤੇ ਉਹਨਾਂ ਦੇ ਇਨਸਾਫ ਲਈ ਇਸੇ ਹੀ ਭਾਈ ਸੁਖਜੀਤ ਸਿੰਘ ਖੋਸਾ ਇਹਨਾਂ ਦੇ ਨਾਲ ਹੋਰ ਸਿੱਖ ਜਥੇਬੰਦੀਆਂ ਸਿੱਖ ਸੰਗਤਾਂ ਨੇ 2020 ਦੇ ਵਿੱਚ ਇੱਕ ਮੋਰਚਾ ਲਾਇਆ ਜੀ ਜਿਹੜਾ ਕਿ 40 41 ਦਿਨ ਚੱਲਿਆ 24 ਅਕਤੂਬਰ ਨੂੰ ਇਹਨਾਂ ਨੇ ਉਹਨਾਂ ਸਿੰਘਾਂ ਦੀਆਂ ਲੱਤਾਂ ਬਾਹਾਂ ਤੋੜ ਕੇ ਕਕਾਰਾਂ ਦੀ ਬੇਦਬੀ ਕਰਕੇ ਪਹਿਲਾਂ ਤਾਂ ਉਹਨਾਂ ਨੂੰ ਹਸਪੀਟਲ ਚ ਬਚਾਇਆ ਜੀ ਉਦੋਂ ਬਾਅਦ ਜਦੋਂ ਹਸਪਤਾਲਾਂ ਚੋਂ ਛੁੱਟੇ ਉਹਨਾਂ ਤੇ ਪਰਚੇ ਪਾ ਕੇ ਤੇ ਉਹਨਾਂ ਨੂੰ ਜੇਲ੍ਹਾਂ ਚ ਭੇਜਿਆ ਜਿਨ੍ਹਾਂ ਚ 19 ਮਹੀਨੇ ਇਹ ਭਾਈ ਖੋਸੇ ਨੇ ਜੇਲ੍ਹ ਚ ਕੱਟੇ ਜੀ ਬਿਲਕੁਲ ਅਸੀਂ 24 ਮਹੀਨਿਆਂ ਤੋਂ ਉਸੇ ਮੋਰਚੇ ਦੀ ਮੁੜ ਤਰਜਮਾਨੀ ਸ਼ੁਰੂ ਕਰਕੇ ਉੱਥੇ ਬੈਠੇ ਹੋਏ ਹਾਂ ਜੀ ਇਹ ਹੁਣ ਪੰਜਾਬ ਸਰਕਾਰ ਵੇਖੇ ਜਿਹੜਾ ਪੰਜਾਬ ਦੇ ਲੋਕਾਂ ਨੇ ਬਦਲਾ ਲਿਆਂਦਾ ਹੈ ਅਸੀਂ ਭਗਵੰਤ ਮਾਨ ਦੇ ਘਰ ਤੱਕ ਵੀ ਜਾਏ ਹਾਂ ਉਲਟਾ ਸਾਨੂੰ ਉੱਥੋਂ ਚੁੱਕ ਕੇ ਲਾਂਬੇ ਕਰ ਦਿੱਤਾ